ਮੇਰੀ ਬੁਝਾਰਤ ਹੈਗੀ ਗੋਲੂ ਤੇ ਮੋਲੂ ਦੋ ਦੋਸਤ ਨੇ ਓਕੇ ਤੇ ਗੋਲੂ ਦੀ ਮੁਰਗੀ ਨੇ ਮੋਲੂ ਦੇ ਘਰੇ ਜਾ ਕੇ ਅੰਡੇ ਦੇਤੇ ਠੀਕ ਹੈ ਸੋ ਮੈਨੂੰ ਇਹ ਦੱਸੋ ਕਿ ਜਿਹੜੇ ਅੰਡੇ ਨੇ ਉਹ ਗੋਲੂ ਦੇ ਹੋਏ ਜਾਂ ਮੋਲੂ ਦੇ ਹੋਏ ਗੋਲੂ ਦੇ ਹੋਏ ਮੋਲੂ ਦੇ ਹੋਏ ਗੋਲੂ ਦੇ ਹੋਏ ਮੁਰਗੀ ਗੋਲੂ ਦੀ ਹੈ ਜਿੱਤੇ ਤਾਂ ਉਹਦੇ ਘਰੇ ਨੇ ਮੋਲੂ ਦੇ ਉਹ ਮੁਰਗੀ ਤਾਂ ਗੋਲੂ ਦੀ ਹੈ ਉਹ ਫਿਰ ਨਿਆ ਨਿਆ ਸਹੀ ਹੈ ਬਸ ਸਹੀ ਹੈ ਨਹੀਂ ਕਿੰਨੇ ਵਾਰ ਮੁਰਗੀ ਗੋਲੂ ਦੀ ਨਹੀਂ ਹਾਂ ਤਾਂ ਫਿਰ ਗੋਲੂ ਦੇ ਨਹੀਂ ਹੋਏ ਨਹੀਂ ਫਿਰ ਘਰ ਮੋਲੂ ਦਾ ਨਹੀਂ ਹੈਗਾ ਕਮਾਲ ਆ ਮੁਰਗੀ ਤਾਂ ਗੋਲੂ ਦੀ ਹੈ ਉਹ ਫਿਰ ਘਰ ਤਾਂ ਮੋਲੂ ਦਾ ਮੋਲੂ ਦਾ ਸਹੀ ਹੈ ਨਾ ਸਹੀ ਹੈ ਕਮਾਲ ਆ ਹੱਦ ਹੋ ਗਈ ਬਾਈ ਤੁਸੀਂ ਦੱਸੋ ਕਮੈਂਟ ਕਰਕੇ ਗੋਲੂ ਦੇ ਨਹੀਂ ਹੋਏ ਕੋਈ ਗੋਲੂ ਦੇ ਮੁਰਗੀ ਤਾਂ ਗੋਲੂ ਦੀ ਹੈ ਫਿਰ ਦਿੱਤੇ ਤਾਂ ਮੋਲੂ ਦੇ ਘਰੇ ਨੇ ਫਿਰ ਮੈਂ ਜਦੋਂ ਕੋਈ ਗੈਸਟ ਆਂਦਾ ਹੈ ਹਾਂ ਕੋਈ ਗਿਫਟ ਲੈ ਕੇ ਆਂਦਾ ਖਾਣ ਪੀਣ ਨੂੰ ਫਰੂਟ ਲੈ ਕੇ ਆਂਦਾ ਫਰੂਟ ਉਹ ਗਿਫਟ ਗੈਸਟ ਦੇ ਹੁੰਦੇ ਨੇ ਜਾਂ ਜਿਹਨਾਂ ਦੇ ਘਰ ਲੈ ਕੇ ਉਹਨਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਘਰੇ ਜਾਂਦਾ ਉਹਨਾਂ ਦੇ ਹੁੰਦੇ ਨੇ ਤੁਹਾਡੇ ਕਿਉਂ ਗੈਸਟ ਲੈ ਗਿਆ ਗੈਸਟ ਦੇ ਹੋਏ ਨਾ ਨਹੀਂ ਤੁਹਾਡੇ ਉਦੋਂ ਤੱਕ ਹੁੰਦੇ ਨੇ ਜਦੋਂ ਤੱਕ ਤੁਹਾਡੇ ਕੋਲ ਹੁੰਦੇ ਨੇਗੇ ਜਦੋਂ ਦੂਜੇ ਬੰਦੇ ਕੋਲ ਪਹੁੰਚ ਕੇ ਫਿਰ ਤਾਂ ਉਹਨਾਂ ਦੀ ਚੀਜ਼ ਖਾਣੇ ਤਾਂ ਆਪਾਂ ਵੀ ਆ ਜ਼ਰੂਰੀ ਤੁਹਾਡੇ ਨਾਲ ਗਿਫਟ ਅਸੀਂ ਲੈ ਕੇ ਆਏ ਆ ਹੈ ਤਾਂ ਸਾਡੇ ਗਿਫਟ ਘਰ ਤਾਂ ਉਹਨਾਂ ਦੇ ਪਹੁੰਚੀ ਆ ਲੜੋ 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 ਕੈਮਰਾ ਲਾਵਾ ਕੈਮਰਾ ਲਾਵਾ ਭਾਈ ਨਹੀਂ ਨਹੀਂ ਇਹ ਧੱਕਾ ਕੀਤਾ ਰਿਹਾ ਗੋਲੂ ਦਾ ਮੋਲੂ ਦਾ ਕਮੈਂਟ ਕਰਕੇ ਦੱਸੋ ਜੀ ਗੋਲੂ ਦਾ ਹੈ ਮੋਲੂ ਦਾ ਹੁਣ ਪਤਾ ਹੈ ਇੱਕ ਬੰਦੇ ਨੇ ਕਮੈਂਟ ਕਰਨਾ ਹੈ ਤੁਸੀਂ ਦੋਨੋਂ ਹੀ ਗਲਤ ਹੋ ਨਾ ਗੋਲੂ ਦਾ ਨਾ ਮੋਲੂ ਦਾ ਇਹ ਅੰਡਾ ਜਿਹੜਾ ਹੈ ਕਿਹਦਾ ਨੇ ਹਾਂ ਮੁਰਗੀ ਦਾ ਉਹ ਅੰਡਾ ਤਾਂ ਮੁਰਗੀ ਦਾ ਹੋਇਆ ਹਾਂ ਗੋਲੂ ਦੀ ਮੁਰਗੀ ਹੈ ਹਾਂ ਮੋਲੂ ਦੇ ਘਰ ਅੰਡਾ ਦਿੱਤਾ ਹਾਂ ਲੇਕਿਨ ਦਿੱਤਾ ਤਾਂ ਮੁਰਗੀ ਨਹੀਂ ਹਾਂ ਅੰਡਾ ਤਾਂ ਮੁਰਗੀ ਦਾ ਹੀ ਹੋਇਆ ਫਿਰ ਉਹਨੇ ਲੜੀ ਗਿਆ ਮੇਰੇ ਨਾਲ ਮੈਂ ਕਹਿ ਰਹੀ ਸੀ ਮੁਰਗੀ ਦਾ ਅੰਡਾ ਨਹੀਂ ਅੰਡਾ ਦੇ ਸਕਦੇ ਮੈਂ ਕਹਿ ਰਹੀ ਸੀ ਨਹੀਂ ਆ ਜੀ ਉਸ ਤੱਕ ਪਹੁੰਚ ਸਕਦੇ ਨਹੀਂ ਪਹੁੰਚ ਸਕਦੇ ਮੈਂ ਤਾਂ ਕਿਹਾ ਸੀ ਮੁਰਗੀ ਦਾ ਅੰਡਾ ਹੈਗਾ ਕਦੋਂ ਗਿਆ ਸੀ ਸਪੜੇ ਚ ਨਾ ਮੈਂ ਕਹਿਤੀ ਨਾ ਦੀਦੀ ਪੰਤਾ ਸੁਣਿਆ ਨਹੀਂ ਮੈਂ ਮਨ ਚ ਕਿਹਾ ਸੀ ਤੁਸੀਂ ਕਬੜ ਕੇ ਦੱਸੋ ਨੇਹਾ ਨੇ ਕਿਹਾ ਸੀ ਕਿਹਾ ਸੀ ਜੀ ਨਹੀਂ ਗਿਆ ਮਨ ਚ ਕਿਹਾ ਤਾਂ ਅੰਦਰ 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 ਕਹਿਤਾ ਅੰਡਾ ਤਾਂ ਮੁਰਗੀ ਦਾ ਹੀ ਹੋਏਗਾ ਨਾ ਸਹੀ ਗੱਲ ਸੋ ਇਹ ਬੁਝਾਰਤ ਦਾ ਜਵਾਬ ਹੈ ਜੀ ਅੰਡਾ ਹੈ ਜੀ ਮੁਰਗੀ ਦਾ ਅਗਲੀ ਬੁਝਾਰਤ ਮੇਰੀ ਮੇਰੀ ਬੁਝਾਰਤ ਆ ਜੀ ਚਿੱਟੀ ਹੱਡੀ ਧਰਤੀ ਚ ਗੱਡੀ ਹੈ ਚਿੱਟੀ ਹੱਡੀ ਧਰਤੀ ਦੇ ਵਿੱਚ ਗੱਡੀ ਡੰਡਾ ਨਾ ਉਹ ਚਿੱਟਾ ਨਹੀਂ ਪਤਾ ਇਹਦਾ ਜਵਾਬ ਟੰਡਾ ਹੈ ਚਿੱਟੀ ਹੱਡੀ ਧਰਤੀ ਵਿੱਚ ਗੱਡੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਗੁਰਜੀਤ ਨੂੰ ਵੀ ਪਤਾ ਹੈ ਤੇ ਗੁਰਜੀਤ ਨੂੰ ਪਸੰਦ ਵੀ ਬਹੁਤ ਹੈ ਮੈਨੂੰ ਕੀ ਪਸੰਦ ਹੈ ਉਹ ਤਾਂ ਕੰਮ ਵੀ ਕਰਦੇ ਨੇ ਇਹ ਤੁਸੀਂ ਕੰਮ ਵੀ ਕਰਦੇ ਹੋ ਤੇ ਤੁਸੀਂ ਇੱਕ ਦੋ ਵਾਰ ਲੈ ਕੇ ਵੀ ਆਏ ਮੇਰੇ ਲਈ ਮੂਲੀ ਕੀ ਬਾਤ ਹੈ ਬੜੀ ਛੇਤੀ ਫੜੇ ਸਹੀ ਗੱਲ ਕਿਉਂਕਿ ਮੈਂ ਜਦ ਦੇਖਿਆ ਵੀ ਕੰਮ ਵੀ ਕਰਦੇ ਕੰਮ ਤੋਂ ਜਾ ਜਾਂਦਾ ਮੇਰਾ ਤਾਂ ਕੰਮ ਖੇਤ ਦੀ ਹੈ ਸਹੀ ਗੱਲ ਹੈ ਖੇਤ ਦੇ ਕੰਮ ਵਿੱਚ ਜ਼ਿਆਦਾ ਇੰਟਰਸਟ ਦਿੰਦੇ ਨੇ ਹਾਂਜੀ ਹਾਂਜੀ ਮੂਲੀ ਦਾ ਪਰੋਠੇ ਬੜੇ ਟੇਸਟੀ ਬਣਾਉਂਦੇ ਦੀਦੀ ਕਿਸ ਦਿਨ ਬਣਾ ਕੇ ਦੇਖੋ ਕਿੰਨੇ ਲੋਕ ਬਣਾਏ ਨੇ ਹੁਣ ਤਾਂ ਮੂਲੀ ਨਹੀਂ ਹੈਗੀ ਆਂ ਮੂਲੀ ਨਹੀਂ ਹੈਗੀ ਹਾਂ ਮੂਲੀਆਂ ਕਿੱਥੇ ਗਈਆਂ ਮੂਲੀਆਂ ਗਰਮੀ ਨੇ ਭਜਾਤੀਆਂ ਗਰਮੀ ਤੇ ਮੂਲੀ ਰਹਿ ਹੋਏ ਹੋਣ ਲੱਗ ਗਏ ਵੈਸੇ ਮੈਂ ਧਨੀਆ ਲਾਇਆ ਸੀ ਪਿੱਛੇ ਹੁਣ ਤੱਕ ਧਨੀਆ ਚੱਲ ਰਿਹਾ ਹੈ ਪਹਿਲੇ ਹੀ ਗਰਮੀ ਚ ਬੁਰਾ ਹਾਲ ਹੁੰਦਾ ਮੂਲੀਆਂ ਖਾ ਕੇ ਲੋਕ ਹੋਰ ਗੰਦ ਪਾਉਂਦੇ ਨੇ ਤਾਂ ਹੀ ਨਹੀਂ ਬਣਾਏ ਮੈਂ ਸੋ ਇਹ ਬੁਝਾਰਤ ਦਾ ਜਵਾਬ ਹੈ ਜੀ ਮੂਲੀ ਅਸੀਂ ਹਰ ਜਗ੍ਹਾ ਤੇ ਜਿੱਤ ਮੰਗਦੇ ਆ ਪਰ ਉਹ ਜਗ੍ਹਾ ਕਿਹੜੀ ਹੈ ਜਿੱਥੇ ਆਪਾਂ ਹਾਰ ਮੰਗਦੇ ਆ ਜਿੱਥੇ ਕੋਈ ਆਪਣਾ ਖੇਡ ਲਾ ਖੇਡ ਰਿਹਾ ਹੋ ਸਾਡੇ ਨਾਲ ਜੇ ਆਪਾਂ ਕਹਾਂਗੇ ਯਾਰ ਕੋਈ ਨਾ ਯਾਰ ਆਪਣੇ ਬੰਦਾ ਹਾਰ ਜੋ ਜਿਵੇਂ ਨਾ ਮੈਂ ਕਈ ਵਾਰ ਆਪਣੇ ਬੇਟੇ ਨਾਲ ਫ੍ਰੀ ਫਾਇਰ ਦੇ ਵਿੱਚ ਗੇਮ ਖੇਡਦਾ ਹੁੰਦਾ ਤੇ ਮੈਂ ਜਾਣ ਕੇ ਗੋਲੀ ਖਾ ਲੈਣਾ ਠਾ ਕਹਿੰਦਾ ਫਿਰ ਕਹਿੰਦਾ ਪਾਪਾ ਮਰ ਗਏ ਪਾਪਾ ਮਰ ਗਏ ਮੈਂ ਕਿਹਾ ਚਲ ਕੋਈ ਨਾ ਹੁੰਦਾ ਹੈਗਾ ਇਹਦੇ ਨਾਲ ਮੈਂ ਤੇ ਮੇਰੇ ਬ੍ਰਦਰ ਦਾ ਬੇਟਾ ਅਸੀਂ ਖੇਡਦੇ ਹੁੰਦੇ ਸੀ ਤਾਂ ਮੈਂ ਉਹਦੇ ਤੋਂ ਜਾਣ ਬੁੱਝ ਕੇ ਹਾਰ ਜਾਣਾ ਮੈਂ ਕਹਿੰਦੇ ਵੀ ਚੱਲ ਬੱਚਾ ਹੈਗਾ ਜਾ ਕ੍ਰਿਕਟ ਹੀ ਖੇਡਦੇ ਹੁੰਦੇ ਸੀ ਸਾਰੇ ਬੱਚੇ ਗਲੀ ਦੇ ਆ ਜਾਂਦੇ ਮੈਂ ਉਹਨਾਂ ਤੇ ਮੈਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੀਆਂ ਤਿੰਨ ਤਿੰਨ ਵਾਰੀਆਂ ਚੱਲ ਮੇਰੀ ਇੱਕ ਵਾਰੀ ਪਰ ਉਹ ਆਪਦੀ ਵਾਰੀ 'ਚ ਵੀ ਮੈਂ ਹਾਰ ਜਾਣਾ ਜਾਣ ਬੁੱਝ ਕੇ ਵੀ ਚਲੋ ਬੱਚਿਆਂ ਨੂੰ ਖੁਸ਼ੀ ਮਿਲੇ ਇੱਕ ਮੈਸੇਜ ਮੈਂ ਜ਼ਰੂਰ ਦੇਣਾ ਚਾਹਾਂਗਾ ਆਪਣੇ ਬੱਚਿਆਂ ਦੇ ਬੌਸ ਨਾ ਬਣੋ ਆਪਣੇ ਬੱਚਿਆਂ ਦੇ ਦੋਸਤ ਬਣ ਕੇ ਰਹੋ ਤੁਹਾਡਾ ਬੱਚਾ ਤੁਹਾਡੇ ਨਾਲ ਆਪਣੀ ਹਰ ਦਿਲ ਦੀ ਗੱਲ ਸ਼ੇਅਰ ਕਰੇਗਾ ਜੇ ਤੁਸੀਂ ਉਹਦੇ ਬੌਸ ਬਣ ਜਾਂਦੇ ਹੋ ਨਾ ਉਹਨਾਂ ਨੂੰ ਆਰਡਰ ਦੇਣ ਲੱਗ ਜਾਂਦੇ ਹੋ ਉਹਨਾਂ ਨੂੰ ਡਾਂਟਣ ਲੱਗ ਜਾਂਦੇ ਹੋ ਡਾਂਟਣਾ ਚਾਹੀਦਾ ਲਿਮਟ ਦੇ ਵਿੱਚ ਬਟ ਉਦੋਂ ਕੀ ਹੁੰਦਾ ਬੱਚਾ ਤੁਹਾਡੇ ਤੋਂ ਡਰਨ ਲੱਗ ਜਾਂਦਾ ਤੁਹਾਡੇ ਤੋਂ ਦੂਰੀ ਬਣਾਉਣ ਲੱਗ ਜਾਂਦਾ ਤੇ ਕਿਸੇ ਹੋਰ ਨੂੰ ਆਪਣਾ ਦੋਸਤ ਬਣਾ ਕੇ ਉਹਦੇ ਨਾਲ ਦਿਲ ਦੀ ਗੱਲਾਂ ਸਾਂਝੀਆਂ ਕਰਦਾ ਤੇ ਉਹਦੇ ਬੱਚਾ ਧੋਖਾ ਖਾ ਲੈਂਦਾ ਕਿਤੇ ਨਾ ਕਿਤੇ ਖਾ ਸਕਦਾ ਆਪਣੇ ਬੱਚਿਆਂ ਨੂੰ ਖੁਦ ਆਪਣਾ ਦੋਸਤ ਬਣਾਓ ਬੱਚੇ ਨਾਲ ਬੱਚਾ ਬਣ ਕੇ ਰਹੋ ਬੱਚਾ ਆਪਣੇ ਦਿਲ ਦੀ ਗੱਲਾਂ ਤੁਹਾਡੇ ਨਾਲ ਸਿੱਧੀ ਸਾਂਝੀ ਕਰੇਗਾ ਕੋਈ ਬੱਚਾ ਧੋਖਾ ਖਾ ਹੀ ਨਹੀਂ ਸਕਦਾ ਗਲਤੀ ਇਹ ਕਿ ਅਸੀਂ ਆਪਣੇ ਬੱਚਿਆਂ ਦਾ ਆਪ ਹੀ ਧਿਆਨ ਨਹੀਂ ਰੱਖਦੇ ਬਿਲਕੁਲ ਜਵਾਬ ਦਿਓ ਉਹ ਹੈ ਜੀ ਸੁਨਿਆਰੇ ਦੁਕਾਨ ਜਾਂ ਫੁੱਲਾਂ ਦੀ ਦੁਕਾਨ ਫੁੱਲਾਂ ਦੀ ਦੁਕਾਨ ਤੇ ਅਸੀਂ ਜਾ ਕੇ ਕਹਿੰਦੇ ਹਾਂ ਬਾਈ ਹਾਰ ਦਿਓ ਜਾਂ ਸੁਨਿਆਰੇ ਦੁਕਾਨ ਤੇ ਵੀ ਜਾ ਕੇ ਕਹਿੰਦੇ ਬਾਈ ਹਾਰ ਦਿਓ ਠੀਕ ਹੈ ਨਹੀਂ ਸੋ ਇਸ ਬੁਝਾਰ ਦਾ ਜਵਾਬ ਹੈ ਸੁਨਿਆਰੇ ਦੁਕਾਨ ਜਾਂ ਫੁੱਲਾਂ ਦੀ ਦੁਕਾਨ ਅਗਲੀ ਬੁਝਾਰਤ ਹੈ ਜਲਦੀ ਜਲਦੀ ਕਿਉਂਕਿ ਬੈਟਰੀ ਖਤਮ ਹੋਣ ਵਾਲੀ ਹੈ ਮੇਰੀ ਅਗਲੀ ਬੁਝਾਰਤ ਹੈ ਜੀ 12 ਗਲਾਸ 3 ਚਮਚੇ 12 ਗਲਾਸ ਤੇ 3 ਚਮਚੇ ਅੱਗੇ ਬਸ ਹੈ ਬਸ ਇਹ ਕੀ ਹੋਇਆ
ਪਲੇਟਾਂ ਕੋਲੀਆਂ ਕੱਲੇ ਗਲਾਸ ਚਮਚ ਦੇ ਖੜਖੜ ਕਰੀ ਜਾਵਾਂਗੇ ਨਿੰਬੂ ਪਾਣੀ ਵਾਸਤੇ ਨਿੰਬੂ ਪਾਣੀ ਵਾਸਤੇ ਬਾਰਾਂ ਗਲਾਸ ਤਿੰਨ ਚਮਚੇ ਤਿੰਨ ਚਮਚੇ ਜਵਾਬ ਸੀਗਾ ਜੀ ਬੁਝਾਰਤਾਂ ਪਾਵਾਂਗੇ ਕੁਛ ਆਪਣੇ ਵੱਲੋਂ ਤੁਹਾਨੂੰ ਸਿਖਾਵਾਂਗੇ ਕੁਛ ਤੁਹਾਡੇ ਕੋਲੋਂ ਅਸੀਂ ਸਿੱਖਾਂਗੇ ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਦੇ ਹਾਂ ਜੀ ਨੈਕਸਟ ਵੀਡੀਓ